ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣ ਦੇਸ਼ ਵਿੱਚ ਆਏ ਤਾਂ ਇਸ ਸਥਾਨ ਤੇ ਆਪਣੇ ਡੇਰੇ ਲਾਏ। ਉਹਨਾਂ ਦੇ ਨਾਲ ਬਹਾਦਰ ਸ਼ਾਹ ਵੀ ਆਇਆ ਹੋਇਆ ਸੀ। ਇੱਕ ਦਿਨ ਗੁਰੂ ਜੀ ਇਸੇ ਸਥਾਨ ਤੇ ਹੀ ਆਪਣੇ ਦੀਵਾਨ ਸਜਾਏ ਬੈਠੇ ਹੋਏ ਸਨ। ਸਜੇ ਦੀਵਾਨ ਵਿੱਚ ਆ ਕੇ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਕੀਮਤੀ ਹੀਰਾ ਭੇਟ ਕੀਤਾ। ਹੀਰਾ ਲੈ ਕੇ ਗੁਰੂ ਜੀ ਨੇ ਪਿਛਲੇ ਪਾਸੇ ਵਹਿ ਰਹੇ ਗੋਦਾਵਰੀ ਨਦੀ ਵਿੱਚ ਸੁੱਟ ਦਿੱਤਾ। ਬਹਾਦਰ ਸ਼ਾਹ ਮਨੇ ਮਨ ਸੋਚਣ ਲੱਗਾ ਕਿ ਮੈਂ ਇੰਨਾ ਕੀਮਤੀ ਹੀਰਾ ਗੁਰੂ ਜੀ ਨੂੰ ਭੇਟ ਕੀਤਾ, ਗੁਰੂ ਜੀ ਨੇ ਤਾਂ ਮੇਰੇ ਹੀਰੇ ਦੀ ਕੋਈ ਕਦਰ ਨਹੀਂ ਕੀਤੀ। ਗੁਰੂ ਜੀ ਜਾਣੀ ਜਾਣ ਸਨ, ਗੁਰੂ ਜੀ ਨੇ ਬਹਾਦਰ ਸ਼ਾਹ ਦੇ ਮਨ ਦੀ ਗੱਲ ਜਾਣ ਲਈ ਬਹਾਦਰ ਸ਼ਾਹ ਨੂੰ ਕਿਹਾ, ਤੁਹਾਡਾ ਹੀਰਾ ਸਾਡੇ ਖਜ਼ਾਨੇ ਵਿੱਚ ਰੱਖਿਆ ਹੋਇਆ ਹੈ, ਜਰਾ ਗੋਦਾਵਰੀ ਚੋਂ ਪਛਾਣ ਕੇ ਲਿਆਓ। ਬਹਾਦਰ ਸ਼ਾਹ ਜਦੋਂ ਗੋਦਾਵਰੀ ਨਦੀ ਵਿੱਚ ਗਿਆ, ਨਵੇਂ ਹੱਥਾਂ ਦੀ ਭੋਗ ਭਰ ਕੇ ਵੇਖਣ ਲੱਗਾ, ਕੀਮਤੀ ਹੀਰਿਆਂ ਨਾਲ ਭਰੇ ਹੋਏ ਸਨ। ਉਸਨੂੰ ਆਪਣਾ ਹੀਰਾ ਪਛਾਣਿਆ ਨਹੀਂ ਗਿਆ। ਵਾਪਸ ਆ ਕੇ ਗੁਰੂ ਜੀ ਦੇ ਚਰਨੀ ਪੈ ਗਿਆ। ਕਹਿਣ ਲੱਗਾ, ਗੁਰੂ ਜੀ ਮੈਨੂੰ ਮਾਫ਼ ਕਰ ਦਿਓ, ਮੈਨੂੰ ਪਤਾ ਨਹੀਂ ਸੀ ਕਿ ਇਹ ਹੀਰਾ ਤੁਹਾਡੇ ਖਜ਼ਾਨੇ ਵਿੱਚ ਰੱਖਿਆ ਹੋਇਆ ਹੈ। ਇਸ ਤਰ੍ਹਾਂ ਗੁਰੂ ਜੀ ਨੇ ਬਹਾਦਰ ਸ਼ਾਹ ਦਾ ਅਹੰਕਾਰ ਦੂਰ ਕੀਤਾ। ਇਸ ਲਈ ਇਹ ਪਵਿੱਤਰ ਅਸਥਾਨ ਗੁਰਦੁਆਰਾ ਹੀਰਾ ਖਾਲਸਾ ਇਹਨਾਂ ਦੇ ਪ੍ਰਚਲਿਤ ਹੋਇਆ ਹੈ। ਵਾਹ।